ਜਦੋਂ ਇਥੋਂ ਸਾਗ ਲੈ ਕੇ ਜਾਂਦੇ ਨੇ ਅਸੀਂ ਹਾਂ ਤੇ ਜਦੋਂ ਧਰਦੇ ਆ ਤਿੰਨ ਤਿੰਨ ਬਾਟੀਆਂ ਪਾਣੀ ਦੀਆਂ ਭਰ ਕੇ ਤੇ ਸੁਹਾ ਨਹੀਂ ਮੁੱਕਦੀ ਉਹਦੇ ਚੋਂ ਫੇਰ ਵੀ ਸਾਗ ਜਿਹਦਾ ਯੈਰ ਹੀ ਪੜਦਾ ਕੀ ਲੱਗਦਾ ਵੀ ਉਹ ਬੋਰ ਤੁਹਾਨੂੰ ਲੱਗਦਾ ਵੀ ਗੰਦਲਾ ਪਾਣੀ ਹੈਗਾ ਪੂਰਾ ਗੰਦਲਾ ਪੂਰਾ ਗੰਦਲਾ ਜੀ ਥੋੜਾ ਨਹੀਂ ਪੂਰਾ ਗੰਦਲਾ ਕੀ ਕਾਰਨ ਮੰਨਦੇ ਹੋ ਪੂਰੀ ਹੁੰਦੀ ਨਹੀਂ ਜੀ ਫਸਲ ਸਾਡਾ ਝੋਨਾ ਕੁਝ ਵੀ ਨਹੀਂ ਹੋਇਆ ਇੱਥੇ ਪਿਛਲੇ ਦਿਨਾਂ ਦੇ ਵਿੱਚ ਪਸ਼ੂ ਮਰਨ ਵਾਲੀ ਗੱਲ ਹੈ ਉਹ ਘਰ ਘਰ ਵੇਲੇ ਹੋ ਗਿਆ ਜੀ ਘਰ ਘਰ ਵੇਲਾ ਹੋ ਗਿਆ ਘਰ ਘਰ ਵੇਲੇ ਹੋ ਗਏ ਲੋਕ ਇਹਦੀਆਂ ਚਾਰ ਮਰ ਗਈਆਂ ਕਹਿੰਦੇ ਸਾਰੇ ਹੀ ਮਰ ਗਏ ਦੁੱਧ ਵੀ ਨਹੀਂ ਲੋਕਾਂ ਨੂੰ ਬਚਿਆ ਸਾਹ ਲਾ ਲਓ ਤੁਸੀਂ ਫਿਰ ਇਹਨਾਂ ਨੇ ਪੈਸੇ ਵੀ ਦਿੱਤੇ ਉਹ ਬੋਰ ਸੀ ਉਹ ਕਿੰਨਾ ਕੁ ਡੂੰਘਾ ਲਾਇਆ ਹੋਇਆ ਸੀ ਜਿਹੜਾ ਇਹ ਬੋਰ ਹੈ ਕਿੰਨਾ ਕੁ ਲਾਇਆ ਹੈ ਬੋਰ ਮੈਂ ਸ਼ੱਕਾ ਜੀ 500 ਹੀਗਾ 450 ਇਹ ਹੈਗਾ 600 450 ਇਹ ਤਾਂ ਚੱਲਿਆ ਹੀ ਨਹੀਂ ਗੱਲ ਮਗਰ ਅੱਛਾ ਜੀ ਇਹਦਾ ਖਤਮ ਹੀ ਹੋ ਗਿਆ ਆ ਹੁਣ ਬੋਰ ਨਵਾਂ ਕੀਤਾ ਹੁਣ ਸਾਲ ਦੋ ਸਾਲ ਹੋਊਗੀ ਮੁਰਗੇ ਫਿਰ ਖਤਮ ਹੋ ਜੂਗਾ ਬਸ ਕਈ ਸਾਲਾਂ ਬਾਅਦ ਬੋਰ ਚੇਂਜ ਕਰਨਾ ਪੈਂਦਾ ਕੇ ਜੇ ਪਾਣੀ ਮਾੜਾ ਹੋ ਜਾਂਦਾ ਜੀ ਵਿੱਚ ਇਹਦੇ ਵਿੱਚ ਕਿੰਨੇ ਸਾਲਾਂ ਬਾਅਦ ਕੀ ਪਤਾ ਲੱਗਦਾ ਜੇ ਕਈ ਮੋਕ ਤਾਂ ਪੰਜਾ ਚਾਰ ਸਾਲ ਵੀ ਕਈ ਵਾਰ ਟਿਕ ਵੀ ਜਾਂਦਾ ਕਈ ਵਾਰ ਨਹੀਂ ਵੀ ਟਿਕਦਾ ਤੇ ਅੱਜ ਤੋਂ ਜਦੋਂ ਫੈਕਟਰੀ ਖੁੱਲੀ ਆ ਉਦੋਂ ਇਹਨਾਂ ਦੀਆਂ ਤਿੰਨ ਤਨ ਗੱਡੀਆਂ ਪਾਣੀ ਲਾਹਣ ਦੀਆਂ ਸੜਕ ਤੇ ਡੋਲਦੀਆਂ ਸੀ ਜੀਰੇ ਤੋਂ ਲੈ ਕੇ ਮੋਗੇ ਤੱਕ ਇਸ ਮੋਰਚੇ ਦੇ ਵਿੱਚ ਉਹ ਡਰਾਈਵਰ ਨੇ ਵੀਡੀਓ ਕਾਲ ਕਰਕੇ ਸਾਰਿਆਂ ਨੂੰ ਦੱਸਿਆ ਵੀ ਮੈਂ ਉਸ ਟਾਈਮ ਪਾਣੀ ਡੋਲਦਾ ਹੁੰਦਾ ਸੀ ਇਸ ਫੈਕਟਰੀ ਦੇ ਵਿੱਚੋਂ ਤਿੰਨ ਚਾਰ ਗੱਡੀਆਂ ਭਰ ਕੇ ਲੈ ਜਾਂਦਾ ਸੀ ਕਈ ਵਾਰੀ ਮੇਰੇ ਡਾਂਗਾ ਵੀ ਪਈਆਂ ਸੀ ਹਾਸੀ ਕਾਲ ਮੈਂ ਸੁਖੀ ਮਗਾਣੀਆਂ ਤੁਸੀਂ ਦੇਖ ਰਹੇ ਹੋ ਸਰਲੇਕ ਜੀਰਾ ਪਹੁੰਚੇ ਹੋਏ ਆ ਮਨਸੂਰ ਬਾਲ ਕਲਾਂ ਦੇ ਲਾਗੇ ਜਿਹੜੀ ਮਾਲ ਬਰੋ ਸ਼ਰਾਬ ਦੀ ਫੈਕਟਰੀ ਹੈ ਉਹਦੇ ਆਲੇ ਦੁਆਲੇ ਕੁਝ ਦੇਖਣ ਦੀ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਸਾਹਮਣੇ ਵੇਖ ਰਹੇ ਹੋ ਉਹ ਸ਼ਰਾਬ ਦੀ ਫੈਕਟਰੀ ਜਿਹੜੀ ਮਾਲ ਬਰੋਜ਼ ਹੈ ਉਹ ਨਜ਼ਰ ਆਉਂਦੀ ਹੈ ਤੇ ਉਹਦੇ ਅਸੀਂ ਇੱਕ ਪਾਸੇ ਖੜੇ ਆ ਜਿੱਥੇ ਇੱਕ ਬੋਰ ਚੱਲ ਰਿਹਾ ਸੀਗਾ ਤੇ ਬੋਰ ਦੇ ਲਾਗੇ ਇੱਕ ਕਿਸਾਨ ਬਾਪੂ ਖੜਾ ਸੀ ਸਾਨੂੰ ਲੱਗਿਆ ਕਿ ਪਾਣੀ ਇਹਦਾ ਵੀ ਜਿਹੜਾ ਗੰਦਲਾ ਹੈ ਉਹ ਵਗ ਰਿਹਾ ਹੈ। ਬਈ ਉਹ ਬੋਰ ਅਸੀਂ ਦੇਖ ਰਹੇ ਹਾਂ। ਹਾਂ। ਕੀ ਲੱਗਦਾ ਵੀ ਉਹ ਬੋਰ ਤੁਹਾਨੂੰ ਲੱਗਦਾ ਵੀ ਗੰਦਲਾ ਪਾਣੀ ਹੈਗਾ? ਪੂਰਾ ਗੰਦਲਾ ਪੂਰਾ ਗੰਦਲਾ ਜੀ ਥੋੜਾ ਨਹੀਂ ਪੂਰਾ ਗੰਦਲਾ। ਕੀ ਕਾਰਨ ਮੰਨਦੇ ਹੋ? ਬਾਈ ਇਹ ਤਾਂ ਮਹਾਰਾਜ ਜਾਣਦਾ ਫੈਕਟਰੀ ਕਰਕੇ ਹੀ ਜਾਣਦੇ ਅੱਗੇ ਨਹੀਂ ਗੰਦਲਾ ਹੋ ਸਕਦਾ ਹੈਗਾ। ਅੱਗੇ ਨਹੀਂ ਗੰਦਲਾ। ਜਿਹੜੇ ਤੋਂ ਇਹ ਗੰਦਲਾ ਪਾਣੀ ਪਹਿਲਾਂ ਕਿਹੋ ਜਿਹਾ ਪਾਣੀ? ਨਵਾਂ ਬੋਰ ਕੀਤਾ ਹੁਣ ਇਹ ਨੂੰ ਹੋ ਗਿਆ 2 ਸਾਲ ਕੀਤੇ ਨੂੰ ਹੁਣ ਇਹ ਹੌਲੀ ਹੌਲੀ ਇਹਨੇ ਵੀ ਖਤਮ ਹੋ ਜਾਣਾ ਬਸ। ਪਹਿਲਾਂ ਬੋਰ ਕਿੱਥੇ ਸੀ? ਪਹਿਲਾਂ ਆ ਵੇਖੀ ਆ ਬੋਰ ਇੱਥੇ ਆਪਣਾ। ਆ ਜੋ ਜਿਹੜਾ ਇਹ ਬੋਰ ਸੀ ਇਹ ਕਦੋਂ ਲਾਇਆ ਸੀ ਇਹ ਨੂੰ ਲਾਇ ਨੂੰ ਹੋ ਗਏ ਜੀ 10-12 ਸਾਲ 85 ਸਾਲੇ ਦੇ ਖਰਾ ਹੋ ਗਿਆ ਇੱਕ ਇਹ ਬੋਰ ਕਿੰਨਾ ਡੂੰਘਾ ਲਾਇਆ ਸੀ ਇਹ ਡੂੰਘਾ ਹੈਗਾ ਜੀ 600 ਫੁੱਟ ਤੇ ਜਿਹੜਾ ਹੁਣ ਬੋਰ ਲਾਇਆ ਇਹ ਜਾਦੇ ਕੀਤਾ 700 ਕੀਤਾ 700 750 ਅੱਛਾ ਤੁਹਾਨੂੰ ਕੋਈ ਲੱਗਦਾ ਵੀ ਇਹ ਇਸ ਬੋਰ ਕਾਰਨ ਬੋਰ ਦੇ ਪਾਣੀ ਕਾਰਨ ਫਸਲਾਂ ਦੀ پیداوار ਦੇ ਵਿੱਚ ਕੋਈ ਫਰਕ ਪਿਆ ਪਈ ਪੂਰੀ ਹੁੰਦੀ ਨਹੀਂ ਜੀ ਫਸਲ ਸਾਡਾ ਝੋਨਾ ਕੁਝ ਵੀ ਨਹੀਂ ਹੋਇਆ ਇੱਥੇ ਤੱਕ ਕਿ ਕਿੰਨੇ ਕਿੱਲੇ ਦੀ ਖੇਤੀ ਕਰਦੇ ਉੱਥੇ ਕਿੰਨੇ ਕਿੱਲੇ ਝੋਨੇ ਦੇ ਸੀਗੇ ਤੇ ਸਾਰਾ ਮੈਸ਼ਾ ਕ ਵੱਧ ਤੋਂ ਵੱਧ ਹੋਇਆ ਤਾਂ 70 ਕਮਣਚੋਂ 79 ਹੋਇਆ ਸਾਰਾ। ਹੂੰ। ਬਾਸਪਤੀ ਲਾਈ ਸੀ। ਕੀ ਲੱਗਦਾ ਵੀ ਆ ਜੇ ਤੁਸੀਂ ਕਹਿ ਰਹੇ ਹੋ ਫੈਕਟਰੀ ਐ ਫੈਕਟਰੀ ਦੇ ਕਾਰਨ ਕੀ ਸਮੱਸਿਆਵਾਂ ਆ ਰਹੀਆਂ ਨਹੀਂ ਐ ਤੁਹਾਨੂੰ ਕੀ ਕੀ ਲੱਗਦਾ ਵੀ ਆ ਪਰਮਾਤਮਾ ਹੀ ਜਾਣਦਾ। ਹੂੰ। ਸਮਝ ਗਿਆ ਕਿ ਨਹੀਂ ਪਰਮਾਤਮਾ ਹੀ ਜਾਣਦਾ। ਨੀ ਦਿੱਕਤ ਤਾਂ ਸਾਨੂੰ ਆਉਂਦੀ ਆਉਣੀ ਐ ਨਾ। ਉਹ ਇਹ ਜੀ ਜਦੋਂ ਅਸੀਂ ਤੋਂ ਸਾਗ ਲੈ ਕੇ ਜਾਂਦੇ ਨੇ ਨਾ ਅਸੀਂ ਹਾਂ ਤੇ ਜਦੋਂ ਧਰਦੇ ਆ ਤਿੰਨ ਤਿੰਨ ਬਾਟੀਆਂ ਪਾਣੀ ਦੀਆਂ ਭਰ ਕੇ ਤੇ ਸੁਆਹ ਨਹੀਂ ਮੁੱਕਦੀ ਉਹਦੇ ਚੋਂ ਫੇਰ ਵੀ ਸਾਗ ਜਿਹੜਾ ਯੈਰ ਹੀ ਬਣਦਾ। ਜੇ ਪੱਠੇ ਵੱਢਣ ਆਉਣੀ ਐ ਅਸੀਂ ਤੇ ਹੱਥ ਕਾਲੇ ਛਾ ਜਾਂਦੇ ਮੂੰਹ ਸਰ ਕਾਲਾ ਹੋ ਜਾਂਦਾ। ਤੇ ਜਿਹੜੀ ਉਹ ਪੱਠੇ ਪੌਖਾਂ ਦੇ ਨੀ ਪੌਖੇ ਨੁਕਸਾਨੇ ਜਾਂਦੇ ਆ ਕਿਹੜਾ ਪਿੰਡ ਸੀ ਤੁਹਾਡਾ ਮਸਹੂਰਵਾਲ ਵੱਡਾ ਜੀ ਕਲਾ ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਸ਼ੂ ਮਰਨ ਵਾਲੀ ਗੱਲ ਹੈ ਉਹ ਘਰ ਘਰ ਵੇਲੇ ਹੋ ਗਿਆ ਜੀ ਘਰ ਘਰ ਵੇਲਾ ਹੋ ਗਿਆ ਘਰ ਘਰ ਵੇਲੇ ਹੋ ਗਏ ਲੋਕਾਂ ਦੇ ਕਹਿੰਦੀਆਂ ਚਾਰ ਮਾਰ ਗਈਆਂ ਕਹਿੰਦੇ ਸਾਰੇ ਹੀ ਮਰ ਗਏ ਦੁੱਧ ਵੀ ਨਹੀਂ ਲੋਕਾਂ ਨੂੰ ਬਚਿਆ ਸਾਹ ਲਾ ਲਓ ਤੁਸੀਂ ਫਿਰ ਇਹਨਾਂ ਨੇ ਪੈਸੇ ਵੀ ਦਿੱਤੇ ਆ ਵੀ ਮਾਰਨਾਂ ਵੀ ਸਾਡੀ ਸਵਾਹ ਨਾ ਮਰੇ ਆ ਲੋਕਾਂ ਨੂੰ ਪੈਸੇ ਦਿੱਤੇ ਇਹਨਾਂ ਨੇ ਮੁੜ ਕੇ ਤੇ ਤੁਸੀਂ ਕਦੇ ਨਾ ਇਹ ਹੋਵੇ ਇਹਨਾਂ ਨੂੰ ਤੇ ਕਾਦੋਵੇਂ ਪੈਸੇ ਦੇਣ ਤੇ ਕਾਦੋ ਫਿਰ ਜਿੰਨਾਂ ਨੂੰ ਨਹੀਂ ਪਤਾ ਵੀ ਸਾਡੀ ਫੈਕਟਰੀ ਨਾ ਮਰਦੇ ਹੂੰ ਫਿਰ ਇਹ ਪੈਸੇ ਕਿਉਂ ਦਿੰਦੇ ਆ ਕਿ ਨਹੀਂ ਇਹਨਾਂ ਨੂੰ ਸਾਰਾ ਪਤਾ ਜਾਣਬੁੱਝ ਕੇ ਕਰ ਰਹੇ ਬਸ ਤੁਸੀਂ ਕਿੰਨੇ ਚਿਰ ਤੋਂ ਇਹ ਜਿਹੜੀ ਤਕਲੀਫ ਹੰਡਾ ਰਹੇ ਕੋਈ ਤੁਹਾਡੀ ਫਸਲ ਦੀ ਪੈਦਾਵਾਰ ਮੈਂ ਤੁਹਾਨੂੰ ਮੈਂ ਦੱਸਦਾ ਇਹਨਾਂ ਨੇ ਪਹਿਲਾਂ ਜਦੋਂ ਨਵੀਂ ਫੈਕਟਰੀ ਬਣੀ ਆ ਨਾ ਜੀ ਆਹ ਚਲੋ ਮੈਂ ਉੱਥੇ ਕੋਲੇ ਚਾਲ ਵਰਦਾ ਇੱਥੇ ਇਹਨਾਂ ਨੇ ਪਾਣੀ ਛੱੜਤਾ ਉਹ ਸਾਰੇ ਦਰਾਤ ਸੁੱਕ ਗਏ ਸੋਕੇ ਤੇ ਸਾਡੇ ਤਿੰਨਾਂ ਕਿੱਲਾਂ ਦੇ ਵਿੱਚ ਪਾਣੀ ਵਰ ਗਿਆ ਇੱਥੇ ਇਹ ਜਿਹੜੀ ਫਸਲ ਸਾਡੀ ਮਰ ਗਈ ਉਹ ਦਰਖਤ ਕੱਦ ਚ ਲੱਗੇ ਹੋਏ ਨੇ ਉਹ ਬਸ ਉਹ ਕਖੰਡ ਮੈਲ ਦੇ ਵਿੱਚ ਜੀ ਉੱਥੇ ਸਾਰਾ ਭਾਰਤਾ ਇਹਨਾਂ ਨੇ ਦਾਲੇ ਵਟਾ ਮਾਰ ਕੇ ਬੰਦੇ ਲਾ ਦੇ ਵਟਾ ਵੱਢਿਆ ਉਹਨਾਂ ਦੇ ਵਿੱਚ ਪਾਣੀ ਛੱਟਦਾ ਸਾਰੇ ਦਰ ਸੋਕੇ ਸਾਡੇ ਕਣਕ 'ਚ ਪਾਣੀ ਟੁੱਟ ਗਿਆ ਫਿਰ ਅਸੀਂ ਟਰੈਕਟਰ ਲਿਜਾ ਕੇ ਟਰਾਲੀ ਲਾ ਕੇ ਇਹਨਾਂ ਦੇ ਬਾਰ ਮੂਰੇ ਲਾਇਆ ਫਿਰ ਇਹਨਾਂ ਨੇ ਸਾਨੂੰ ਪੈਸੇ ਦਿੱਤੇ ਉਹ ਕਣਕ ਦੇ ਮੁਆਜਰ ਤੁਹਾਨੂੰ ਕਣਕ ਮਰੀ ਦਾ ਮੁਆਜਰ ਦਿੱਤੇ ਕਿੰਨੇ ਰੁਪਏ ਤੇ ਹੈ ਕਿੰਨੇ ਬਸ ਐਵੇਂ 50000 ਕਿੱਲੇ ਦਾ ਦਿੱਤਾ ਜੀ ਹੋਰ ਇਹਨੇ ਦੇਣਾ ਕੀ ਸਵਾਸਤਾ ਚੁੱਲਿਆਂ ਦੀ ਤੇ ਫਸਲ ਉਹਦੂ ਮੁਰ ਕੇ ਸਾਡੀ ਕਣਕ ਹੋਈ ਨਹੀਂ ਪੂਰੀ ਗੱਲ ਮਕ ਆ ਹੁਣ ਬੋਰ ਨਵਾਂ ਕੀਤਾ ਹੁਣ ਸਾਲ ਦੋ ਸਾਲ ਹੋਊਗੀ ਮੁਰਗੇ ਫੇਰ ਖਤਮ ਹੋ ਜੂਗੀ ਬਸ ਉਹ ਬੋਰ ਜਿਹੜਾ ਖੜਾ ਜਮਾ ਗੰਦਾ ਪਾਣੀ ਦੀ ਉਹਦਾ ਆਖੜਾ ਚੱਲ ਆਉਂਦੇ ਨਹੀਂ ਹੁਣ ਵਿਚਾਰੇ ਆਪ ਪਹਿਲਾਂ ਇੱਧਰਲਾ ਖਰਾਬ ਹੋ ਗਿਆ ਹੁਣ ਉਹ ਖਰਾਬ ਇਹਦਾ ਮਤਲਬ ਇਹ ਕਈ ਸਾਲਾਂ ਬਾਅਦ ਬੋਰ ਚੇਂਜ ਕਰਨਾ ਪੈਂਦਾ ਚੇਂਜ ਪਾਣੀ ਮਾਰਾ ਹੋ ਜਾਂਦਾ ਜੀ ਵਿੱਚ ਇਹਦੇ ਕਿੰਨੇ ਸਾਲਾਂ ਬਾਅਦ ਕੀ ਪਤਾ ਲੱਗਦਾ ਜੇ ਕਈ ਮੋਕ ਤੇ ਪੰਜ ਚਾਰ ਸਾਲ ਵੀ ਕਈ ਵਾਰ ਟਿਕ ਵੀ ਜਾਂਦਾ ਕਈ ਵਾਰ ਨਹੀਂ ਵੀ ਟਿਕਦਾ ਜੇ ਦੂਜੀ ਖਾਰ ਦੂਜੇ ਚ ਪੈਣ ਲੱਗ ਪਿਆਗੇ ਫਿਰ ਜਮਾ ਹੀ ਨਹੀਂ ਚੱਲਦਾ ਹੁਣ ਉਹ ਨਵਾਂ ਕੀਤਾ ਖਾਰ ਉਸ ਬੋਤ ਦੀ ਉਧਰ ਪੈਣਾ ਕੋਈ ਚੱਲਿਆ ਨਹੀਂ ਮਾਨੀ ਮਾਰੀ ਜੋ ਹੀ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਕੀ ਹੱਲ ਚਾਹੁੰਦੇ ਹੋਗੇ ਕੀ ਮੰਗ ਹੈ ਤੁਹਾਡੀ ਤੁਹਾਨੂੰ ਬੰਦ ਕਰਨਾ ਹੀ ਚਾਹੁੰਦੇ ਫੈਕਟਰੀ ਜੀ ਅਸੀਂ ਤਾਂ ਅਈ ਤੇ ਨੇ ਬੰਦ ਕਰ ਦਵੇ ਪ੍ਰਮਾਤਮਾ ਬਸ ਇਹਨੂੰ ਬੰਦ ਹੀ ਹੋ ਜੇ ਬਸ ਜਵਾਗ ਤਾਂ ਪਿੰਗਲਿਆਂ ਨੂੰ ਵੀ ਰੋਟੀ ਰੱਬ ਦੇ ਦਿੰਦਾ ਕਿ ਨਹੀਂ ਦੇ ਦਿੰਦਾ ਜੀ 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 ਜੇ ਆਪਾਂ ਆਖੀਏ ਨਾ ਤਨਖਾਹ ਨਾਲ ਰੋਟੀ ਖਾਵੇ ਪਿੰਗਲਿਆਂ ਨੂੰ ਵੀ ਦੇ ਦਿੰਦਾ ਰੋਟੀ ਜੀ ਡੱਬੀ ਚ ਦੀਬ ਬੰਦ ਹੋਵੇ ਜੀ ਉਹਨੂੰ ਵੀ ਮਹਾਰਾਜ ਰੋਟੀ ਦੇ ਦਿੰਦਾ ਜੀ ਤੇ ਇਹ ਤੋਂ ਦੇ ਬੰਦ ਹੋ ਜੂਗੀ ਤਾਂ ਆਪਾਂ ਨੂੰ ਕਿਹੜੇ ਭੁੱਖੇ ਮਰ ਜਾਗੇ ਇੱਥੇ ਅਈ ਤੇ ਨੇ ਬੰਦ ਹੋਣੀ ਚਾਹੀਦੀ ਹੈ ਜੀ ਦੋਵੇਂ ਹੱਥ ਜੋੜਦੇ ਬੰਦ ਹੋਣੀ ਚਾਹੀਦੀ ਬੰਦ ਹੋਣੀ ਚਾਹੀਦੀ ਬਸ ਤੁਹਾਡਾ ਵੀ ਪਸਗਾ ਨੁਕਸਾਨ ਹੋਇਆ ਸਾਡੀਆਂ ਜੀ ਦੋ ਗਾਵਾਂ ਨੁਕਸਾਨੀਆਂ ਗਏ ਇਹੀ ਵਪਾਰ ਕਰਦੇ ਆ ਅਸੀਂ ਲਿਆਉਣੋਂ हट ਗਈ ਮਾਲ ਫਿਰ ਅੱਛਾ ਜੀ ਅਸੀਂ ਮਾਲ ਲਿਆਉਣੋਂ हट ਗਏ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਲੋਕਾਂ ਦੇ ਪਹੂ ਮਰਦੇ ਆ ਅਸੀਂ ਲਿਆਉਣੋਂ ਹਟ ਗਏ ਮੱਜਾ ਮੱਜਾ ਵਪਾਰ ਕਰਦੀ ਸੀ ਕਿੰਨੇ ਚਿਰ ਤੋਂ ਕਰਦੇ ਸੀ ਬਹੁਤ ਚਿਰ ਦੀਆਂ ਜੀ ਪੁਰਾਣੇ ਆ ਤੇ ਹੁਣ ਕਿੰਨੇ ਚਿਰ ਤੋਂ ਬੰਦ ਕਰਤਾ ਫਿਰ ਇਸ ਵਜ੍ਹਾ ਕਰਕੇ ਜੀ ਜਦੋਂ ਉਹ ਬਿਮਾਰੀ ਪੈ ਗਈ ਸੀਗੀ ਪਹੂਆਂ ਨੂੰ ਇਹਨਾਂ ਨੇ ਉਹਦੋਂ 6 2 ਸਾਲ 1.5 ਸਾਲ ਬੰਦ ਕਰ ਦਿੱਤਾ ਪਉ ਹੋਈ ਨਹੀਂ ਛੱਡਿਆ ਹੀ ਨਹੀਂ ਯਾਰ ਏਰੀਏ ਦੇ ਨੇੜੇ-ਨੇੜੇ ਮਾਲ ਤਾਂ ਬਹੁਤ ਖਤਮ ਹੀ ਹੋ ਗਿਆ ਕਿ ਲੋਕਾਂ ਦੇ ਦੁੱਧ ਪੀਣ ਨੂੰ ਨਹੀਂ ਸੌਂਦਾ ਕਈਆਂ ਵੇਸੇ ਹੁਣ ਫੇਰ ਅੱਖੇ ਮਾਰੇ ਮੋਟਰ ਲੋਕਾਂ ਦੇ ਵਿਚਾਰੇ ਬੋਰ ਖਰਾਬ ਹੋ ਗਿਆ ਜੀ ਇਹ ਕਰਕੇ ਉੱਥੇ ਕੀਤਾ ਇਹਦਾ ਨਕਾਲ ਉਹਦੇ ਜਣ ਪਿਆ ਉਹਦਾ ਵੀ ਪਾਣੀ ਮਾਰਾ ਹੋ ਗਿਆ ਹੁਣ ਉਸ ਮੋਟਰ ਤੋਂ ਪਾਣੀ ਵੇਖੋ ਕਿੰਨੀ ਵਾਰ ਆੜ ਪਾ ਕੇ ਲਿਆ ਕੇ ਤੇ ਪਾਣੀ ਲੈ ਬੋਰ ਕਿੰਨੇ ਚਿਰ ਤੋਂ ਲਾਇਆ ਸੀ ਇਹ ਜੀ ਬੋਰ ਲੱਗੇ ਨੂੰ ਹੋ ਗਏ ਸੀ ਕਿ 10 ਸਾਲ ਜੋ ਮੁਰਕ ਗਿਆ ਖਰਾਬ ਹੋ ਗਿਆ ਪਾਣੀ ਗੰਦਾ ਹੋ ਗਿਆ ਦਾ ਜਮ ਖਤਮ ਹੋ ਗਿਆ ਬਸ ਤੇ ਉਹ ਤਾਂ ਹੋ ਗਿਆ 6 ਮਹੀਨਿਆਂ ਬਾਅਦ ਹੀ ਖਰਾਬ ਹੋ ਗਿਆ ਅੱਛਾ ਉਹ ਤਾਂ ਜਦੋਂ ਕਰ ਲਿਆ ਤੇ ਇਹਦਾ ਪਾਣੀ ਉਹਦੇ ਚ ਜਾਣ ਲੱਗ ਪਿਆ ਤੇ ਛੀਆਂ ਮਹੀਨੇ ਚ ਖਤਮ ਹੋ ਗਿਆ ਗੰਦਾ ਹੀ ਪਾਣੀ ਕੱਢਦਾ ਹੁਣ ਉਹ ਮੋਟਰ ਤੋਂ ਪਾਣੀ ਲਿਆ ਕੇ ਆਵੇ ਕਣਕ ਭਰ ਦੇ ਕਿੱਧਰ ਦੀ ਕਿੱਧਰ ਆੜ ਆਉਦੀ ਵੇਖ ਲੋ ਤੂੰ ਵੇਖ ਲੈਣੀ ਫੁੜ ਖਾ ਚਲ ਪਾਵਾ ਇਹ ਹੁਣ ਇਹ ਹੁਣ ਬੋਰ ਚੱਲਦਾ ਹੈ ਚੱਲਦਾ ਆ ਤੇ ਉਹ ਪਾਣੀ ਗੰਦਾ ਕਰਦਾ ਹੈ ਅੱਛਾ ਜਿੰਦਰ ਵਾਲਾ ਪਾਣੀ ਪਰ ਕਿਸੇ ਕੰਮ ਦਾ ਨਹੀਂ ਹੈਗਾ ਨਾ ਨਾ ਕਿਸੇ ਕੰਮ ਦਾ ਨਹੀਂ ਪੀਣ ਨਾ ਨਾ ਕਣਕ ਨੂੰ ਲਾਉਣ ਵਾਲਾ ਨਾ ਝੋਨੇ ਲਾਉਣ ਵਾਲਾ ਬੇਕਾਰ ਆ ਜਮਾ ਜਮਾ ਬੇਕਾਰ ਪਾਣੀ ਆ ਅੱਛਾ ਜੀ ਸਾਲ ਆ ਲੋ ਜੇ ਚੱਲਦਾ ਹੋਵੇ ਤੇ ਦਾ ਬੋਰ ਲਾਉਣ ਨਾ ਕਣਕ ਨੂੰ ਪਾਣੀ ਪਾਣੀ ਉਸ ਮੋਟਰ ਤੋਂ ਲੈ ਕੇ ਆਉਂਦੇ ਹਿਆੜ ਬਣਾ ਕੇ ਵੇ ਕਿੱਦਾਂ ਦੀ ਹਾੜ ਬਣਾਈ ਉਹਨਾਂ ਦੀ ਇਹ ਪਾਣੀ ਜਮਾਂ ਗੰਦਾ ਇਹਦਾ ਉਹ ਬੋਰ ਸੀ ਉਹ ਕਿੰਨਾ ਕ ਡੂੰਗਾ ਲਾਇਆ ਹੋਇਆ ਸੀ ਜਿਹੜਾ ਇਹ ਬੋਰ ਹੈ ਕਿੰਨਾ ਕ ਲਾਇਆ ਬੋਰ ਮਨਸ਼ਾ ਕਾ ਜੀ 500 ਹੀ ਕਾ 450 ਇਹ ਹੈਗਾ 600 450 ਇਹ ਤਾਂ ਚੱਲਿਆ ਹੀ ਨਹੀਂ ਗੱਲ ਮਕਾਰ ਅੱਛਾ ਜੀ ਇਹਦਾ ਖਤਮ ਹੀ ਹੋ ਗਿਆ ਇਹਦਾ ਖਤਮ ਹੀ ਹੋ ਗਿਆ ਇਹਦਾ ਪਾਣੀ ਜਮਾਂ ਗੰਦਾ ਨਾ ਪੀਣ ਵਾਲਾ ਨਾ ਕਾ ਉਸ ਬੋਰ ਤੋਂ ਕਣਕ ਪਾਲਦੇ ਹਿਸਾਬ ਨਾਲ ਲਾ ਲਓ ਤੁਸੀਂ ਐਡਾ ਗੰਦਾ ਪਾਣੀ ਇਹਦਾ ਕੋਈ ਨਹੀਂ ਦੱਸ ਅੱਛਾ ਜੀ ਹਾਂ ਜੀ ਤੇ ਆਪੇ ਫਿਰ ਜ਼ਿੰਮੇਦਾਰ ਕੀ ਕਰੂਗਾ ਜੇ 6 ਮਹੀਨੇ ਪਰ ਪਈਏ 2 ਲੱਖ ਤੋਂ ਘੱਟ ਬੋਰ ਨਹੀਂ ਹੁੰਦਾ ਹੂੰ 2.5 ਲੱਖ ਰੁਪਈਆ ਦਾ ਕਿੱਥੋਂ ਲਿਆਊਗਾ ਇਹਦਾ ਹੀ ਹੱਥ ਬੰਦ ਦੇ ਫੈਕਟਰੀ ਬੰਦ ਹੋਣੀ ਚਾਹੀਦੀ ਆ ਪਵਾ ਕੁਛ ਵੀ ਆਏ ਬੰਦ ਹੀ ਹੋਣੀ ਚਾਹੀਦੀ ਤਾਲਾ ਲੱਗੜਾ ਚਾਹੀਦਾ ਜੀ ਅਸੀਂ ਦੋਵੇਂ ਹੱਥ ਜੋੜਦੇ ਤੜਕ ਉੱਠ ਕੇ ਕਿਰੇ ਜੀ ਬਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਕਰਨੈਲ ਸਿੰਘ ਜੀ ਤੁਹਾਡੀ ਵੀ ਕੀਤੀ ਵੜੀ ਇੱਥੇ ਨਹੀਂ ਨਹੀਂ ਮੈਂ ਤਲਵੰਡੀ ਭਾਈ ਤੂੰ ਆ ਆਪਣਾ ਸਚਨ ਬੇਲੀ ਸੀ ਇਹ ਆ ਮੌਤ ਉਹ ਮੌਤ ਨਹੀਂ ਹੋਈ ਜੀ ਦਾ ਪ੍ਰਧਾਨ ਆ ਪ੍ਰਧਾਨ ਨੂੰ ਸਾਰਾ ਜੀ ਹਾਂ ਜੀ ਕੀ ਨਾਮ ਉਹ ਜੀ ਤੁਹਾਡਾ ਹਾਂ ਜੀ ਨਾਮ ਗਿਆਨੀ ਰਲਦੂ ਸਿੰਘ ਦਾ ਪਿੰਡ ਦਾਰਾਪੁਰ ਜੀ ਕੰਟਰੋਲ ਯੂਨਿਟ ਪ੍ਰਧਾਨ ਤਲਵੰਡੀ ਭਾਈ ਜੀ ਤੇ ਮੈਂ ਅੱਜ ਤੋਂ ਪਹਿਲਾਂ ਵੀ ਇਹ ਤਾਂ ਹੁਣ ਤਾਂ ਫੈਕਟਰੀ ਦੀ ਗੱਲ ਆ ਨਾ ਜੀ ਤੇ ਅੱਜ ਤੋਂ ਜਦੋਂ ਫੈਕਟਰੀ ਖੁੱਲੀ ਆ ਉਦੋਂ ਇਹਨਾਂ ਦੀਆਂ ਤਿੰਨ ਤਨ ਗੱਡੀਆਂ ਪਾਣੀ ਲਾਣ ਦੀਆਂ ਸੜਕ ਤੇ ਡੋਲਦੀਆਂ ਸੀ ਜੀਰੇ ਤੋਂ ਲੈ ਕੇ ਮੋਗੇ ਤੱਕ ਹੂੰ ਤੇ ਮੈਂ ਕਿਉਂਕਿ ਪੁਲਿਸ ਵਾਲਾ ਨਾ ਮੇਰਾ ਵਾਸਤਾ ਹੈਗਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜਦੋਂ ਮੈਂ ਗੁਰਦੁਆਰਾ ਸਾਹਿਬ ਨੂੰ ਜਾਣਾ ਤੇ ਸੜਕ ਤੋਂ ਮੁਸ਼ਕਲ ਆਉਂਦਾ ਜੀ ਫਿਰ ਮੈਂ ਸਾਰੀ ਇਹ ਪ੍ਰੀਖਿਆ ਕੀਤੀ ਵੀ ਕਿੱਥੋਂ ਆਉਂਦਾ ਪਾਣੀ ਮੈਂ ਸਾਰਾ ਵੇਖ ਲਿਆ ਫਿਰ ਮੈਂ ਤਲਵੰਡੀ ਭਾਈ ਪੁਲਿਸ ਮੁਲਾਜ਼ਮ ਨੂੰ ਕਿਹਾ ਵੀ ਆਪਾਂ ਗੱਡੀਆਂ ਫੜਨੀਆਂ ਹਨ ਇਹਨਾਂ ਦੀਆਂ ਉਹ ਆਹ ਤੇ ਤੁਸੀਂ ਜਰੂਰ ਅਸੀਂ ਤੁਹਾਡਾ ਸਹਿਯੋਗ ਦੇਵਾਂਗੇ ਉਹ ਗੱਡੀਆਂ ਫੜਾਂਗੇ ਪਰ ਉਹ ਸਾਥੋਂ ਗੱਡੀ ਨਹੀਂ ਫੜੀ ਗਈ ਅੱਜ ਇਸ ਮੋਰਚੇ ਦੇ ਵਿੱਚ ਉਹ ਡਰਾਈਵਰ ਨੇ ਵੀਡੀਓ ਕਾਲ ਕਰਕੇ ਸਾਰਿਆਂ ਨੂੰ ਦੱਸਿਆ ਵੀ ਮੈਂ ਉਸ ਟਾਈਮ ਪਾਣੀ ਡੋਲਦਾ ਹੁੰਦਾ ਸੀ ਇਸ ਫੈਕਟਰੀ ਦੇ ਵਿੱਚੋਂ ਤਿੰਨ ਚਾਰ ਗੱਡੀਆਂ ਭਰ ਕੇ ਲੈ ਜਾਂਦਾ ਸੀ ਕਈ ਵਾਰੀ ਮੇਰੇ ਡਾਂਗਾ ਵੀ ਪਈਆਂ ਜੀ ਤੇ ਉਹ ਜਦੋਂ ਡਾਂਗਾ ਪੈਣ ਲੱਗ ਪਿਆ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਇਹ ਕੰਮ ਨਹੀਂ ਸੂਤ ਆਉਣਾ ਫੇਰ ਇਹਨਾਂ ਨੇ ਥੱਲੇ ਬੋਰ ਕੀਤਾ ਹਮ ਜਦੋਂ ਕਿ ਕੋਈ ਵੀ ਕਾਨੂੰਨ ਨਹੀਂ ਕਹਿੰਦਾ ਵੀ ਗੰਦਾ ਪਾਣੀ ਥੱਲੇ ਪਾਇਆ ਜਾਵੇ ਜੀ ਇੱਕ ਲਾਹਣ ਜਿਹੜੀ ਆ ਥੱਲੇ ਪਾਉਣੀ ਮੈਂ ਅੱਜ ਤੋਂ 40 ਸਾਲ ਪਹਿਲਾਂ ਬੋਰ ਕੀਤਾ ਆਪਦੇ ਇੱਕ ਨੰਬਰ ਪਾਣੀ ਹੁੰਦਾ ਸੀ ਨਾ ਉਦੋਂ ਸਾਡੇ ਪਿੰਡ ਦਾ ਆਫਸਰ ਸੀ ਪਿੰਡ ਦਾਰਾਪੁਰ ਦਾ ਅਸੀਂ ਮੋਗੋਂ ਜਾ ਕੇ ਪਾਣੀ ਟੈਸਟ ਕਰਾਉਂਦੇ ਰਹੇ ਹਾਂ ਉਹਨੇ ਆਖਿਆ ਇਹ ਤੁਹਾਡਾ ਪਾਣੀ ਇੱਕ ਨੰਬਰ ਨਹੀਂ ਇਹ ਡੇਢ ਨੰਬਰ ਜਾਂ ਦੋ ਨੰਬਰ ਦਿੰਦਾ ਹੀ ਰਹੇ ਉਹ ਵੀ ਇੰਨਾ ਹੀ ਆ ਅੱਜ ਤੁਸੀਂ ਦੱਸੋ ਇਹ ਪੈਸੇ ਲੈ ਕੇ ਇਹਨਾਂ ਦਾ ਜਿਹੜਾ ਕਰ ਰਹੇ ਆ ਨਾ ਵੀ ਅਸੀਂ ਇਹ ਲੈ ਲਿਆ ਲੈਵਲ ਤੇ ਸਹੀ ਆ ਪਾਣੀ ਉਹ ਪੈਸੇ ਲੈ ਕੇ ਦੱਸ ਰਹੇ ਆ ਤੁਸੀਂ ਦੱਸੋ ਜਦੋਂ ਲਾਂਹ ਵਿੱਚ ਰਲ ਗਈ ਇੱਕ ਨੰਬਰ ਪਾਣੀ ਕਿਵੇਂ ਰਹੂਗਾ ਇੱਕ ਨੰਬਰ ਦਾ ਪਹਿਲਾਂ ਹਣੀ ਸੀ ਕਿਵੇਂ ਰਹੂਗਾ ਜੀ ਜੀ ਤੁਸੀਂ ਦੱਸੋ ਰਹਿ ਸਕਦਾ ਜੀ ਇਹ ਸਭ ਲੋਕਾਂ ਨਾਲ ਧੋਖਾ ਹੋ ਰਿਹਾ ਸਰਕਾਰਾਂ ਵੱਡਿਆਂ ਦੀ ਹਾਈ ਕੋਰਟ ਆਪਾਂ ਕਹਿੰਦੇ ਨਾ ਹਾਈ ਕੋਰਟ ਦਾ ਫੈਸਲਾ ਜੀ ਹਾਈ ਕੋਰਟ ਕੰਧਾਂ ਫੈਸਲਾ ਕਰਦੀਆਂ ਕਿ ਬੰਦੇ ਕਰਦੇ ਆ ਹੂੰ ਬੰਦੇ ਕਰਦੇ ਨੇ ਫੈਸਲੇ ਹਾਈ ਕੋਰਟ ਦਾ ਨਾ ਹੈ ਸਿਰਫ ਉਹ ਬੰਦੇ ਨੂੰ ਲੱਖ ਰੁਪਏ ਤਨਖਾਹ ਮਿਲਦੀ ਹੋਵੇ ਜੱਜ ਨੂੰ ਜੇ ਉਹਨੂੰ ਕੋਈ 10 ਲੱਖ ਦੇ ਦੇਵੇ ਜਾਂ ਕਰੋੜ ਦੇ ਦੇਵੇ ਉਹ ਫੈਸਲਾ ਕਿਸ ਦੇ ਹੱਕ ਚ ਕਰੂਗਾ ਜੀ ਤਕੜੇ ਤਕੜੇ ਦੇ ਬੰਦੇ ਕਰੂਗਾ ਨਾ ਮੋਦੀ ਨੇ ਕਰਾਇਆ ਕਿ ਨਹੀਂ ਮੁਸਲਮਾਨਾਂ ਦੀ ਮਸਜਿਦ ਤਾਂ ਆਈ ਕਿ ਨਹੀਂ ਵੱਡੀ ਜੀ ਥੋੜਾ ਅੱਗੇ ਤੇ ਮੋਦੀ ਨੇ ਕੀ ਕੀਤਾ ਮੋਦੀ ਨੇ ਜੱਜ ਖਰੀਦ ਲਿਆ ਮੋਦੀ ਨੇ ਜੱਜ ਖਰੀਦੇ ਕਿ ਨਹੀਂ ਉਹਨੇ ਫੈਸਲਾ ਮੰਦਰ ਦੇ ਹੱਕ ਚ ਕੀਤਾ ਕਿ ਨਹੀਂ ਉਸ ਨੂੰ ਮੁੜ ਕੇ ਬੀਜੇਪੀ ਦੇ ਵਿੱਚ ਲੈ ਲਿਆ ਉਹਨੇ ਅਸਤੀਫਾ ਦਿੱਤਾ ਉਹਨੂੰ ਬੀਜੇਪੀ ਦੇ ਵਿੱਚ ਲੈ ਲਿਆ ਵੀ ਤੈਨੂੰ ਲੀਡਰ ਬਣਾ ਦਿੰਦੇ ਆ ਤੂੰ ਫੈਸਲਾ ਸਰਪੇ ਹਿੰਦੂਆਂ ਦੇ ਹੱਕ ਚ ਕਰ ਦੇ ਕੀਤਾ ਕਿ ਨਹੀਂ ਜੀ ਤੇ ਉਹ ਵੀ ਫਿਰ ਹਾਈ ਕੋਰਟ ਤੋਂ ਸੁਪਰੀਮ ਕੋਰਟ ਦਾ ਵਿਅਕਗਿਆ ਨਾ ਜੱਜ ਜੀ ਇਹ ਵੀ ਵਿਖਾਉ ਆ ਤੁਹਾਡੇ ਸਾਹਮਣੇ ਆ ਜਿਹੜਾ 85 80 85 ਘਟ ਆਏ ਆ ਉਹ ਵੀ ਤਗੜਿਆਂ ਨੇ ਪੈਸੇ ਦੇ ਕੇ ਆਪਦੇ ਹੱਕ ਦੇ ਵਿੱਚ ਕਰਾਵਾ ਤੇ ਇਹ ਆ ਪਾਣੀ ਦਾ ਆ ਜਿਹੜਾ ਮੁੰਡਾ ਮਰਿਆ ਇਹਦੇ ਨਿੱਕੇ ਨਿੱਕੇ ਬੱਚੇ ਆ ਮੈਂ ਉਥੇ ਫੋਨ ਵੀ ਕੀਤਾ ਵੀ ਘਰ ਵਾਲੀ ਨੂੰ ਉਹਨੇ ਆਖਿਆ ਸਿਰਫ ਮੇਰੇ ਕੋਲੇ ਆ ਮੱਝ ਆ ਮੈਂ ਇਹਦਾ ਦੁੱਧ ਵੇਚ ਕੇ ਗੁਜ਼ਾਰਾ ਕਰ ਲੂੰਗੀ ਇਹ ਬਾਜ ਜਾਵੇ ਹੂੰ ਪਰ ਉਹਦੀਆਂ ਕਿਡਨੀਆਂ ਖਰਾਬ ਹੋ ਚੁੱਕੀਆਂ ਸੀ ਸਾਡੇ ਕੋਲੇ ਰਹਿੰਦਾ ਸੀ ਤਲਵੰਡੀ ਪਾਈ ਸਾਡੇ ਚ ਗੱਡੀ ਪਾਈ ਹੋ ਚੁੱਕੀ ਜੀ ਤੇ ਕਿਡਨੀਆਂ ਫੇਲ ਹੋ ਗਈਆਂ ਪਰਸੋਂ ਚੌਥੇ ਦਾ ਉਹ ਦਾਖਲ ਸੀ ਜਿਹਦਾ ਕਿ ਬ੍ਰੇਨ ਵੀ ਫਿਰ ਡੈੱਡ ਹੋ ਗਿਆ। ਅਖੀਰ ਹੀ ਅੱਜ ਮੌਤ ਹੋ ਗਈ। ਇਹ ਸਭ ਪਾਣੀ ਦੀ ਵਜ੍ਹਾ ਦੇ ਨਾਲ ਹੋਈ ਆ। ਤੇ ਭਾਈ ਸਾਹਿਬ ਇਹ ਜਿਹੜੇ ਸਰਕਾਰਾਂ ਦੇਖੋ ਪੁਲਿਸ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ। ਜੀ ਜੀ। ਕਿਉਂਕਿ ਪੁਲਿਸ ਜਿਹੜਾ ਵੀ ਬਣ ਗਿਆ ਆਪਣਾ ਮੁੱਖ ਮੰਤਰੀ ਉਹਨੇ ਉਹਦੀ ਮੰਨਣੀਆਂ। ਜੀ ਜੀ ਜੀ। ਪਰ ਜਿਹੜੇ ਇਮਾਨਦਾਰ ਪੁਲਿਸ ਵਾਲੇ ਆ। ਅਮਰਸਰ ਤੇ ਅਟੈਕ ਹੋਇਆ। ਜਿਹੜਾ ਅਧਿਕਾਰੀ ਅਮਰਸਰ ਦਾ ਸੀ। ਉਹ Hindu ਸੀ। ਉਹਨੇ ਅਸਤੀਫਾ ਦਿੱਤਾ ਵੀ ਮੈਂ ਅਮਰਸਰ ਅਟੈਕ ਨਹੀਂ। ਕਰਨ ਦੇਣਾ ਤਾਂ ਮੇਰਾ ਅਸਤੀਫਾ ਜੀ ਜੀ ਉਹ ਬਰਾੜ ਜਿਹੜਾ ਸੀ ਤੁਹਾਡੇ ਸਾਹਮਣੇ ਉਹਨੇ ਅਟੈਕ ਕਰਾਇਆ ਕਿ ਉਹਨੂੰ ਨਿਸ਼ਾਨ ਕੀਤੇ ਇਹੀ ਫੈਸਲੇ ਪਾਣੀ ਵਾਲੀ ਫੈਕਟਰੀ ਤੇ ਹੋ ਰਿਹਾ ਹੈ ਖਰਾਬ ਵਾਲੀ ਤੇ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਆ ਸਾਰੇ ਲੋਕਾਂ ਦਾ ਬੁਰਾ ਹਾਲ ਆ ਤੁਹਾਡੇ ਸਾਹਮਣੇ ਤੁਹਾਨੂੰ ਸਾਰਾ ਪਤਾ ਜੀ ਜੀ ਤੁਸੀਂ ਸੁਣਿਆ ਜੋ ਫੈਕਟਰੀ ਦੇ ਨਾਲ ਲੱਗਦੀ ਜਮੀਨ ਹੈ ਉੱਥੇ ਜਿਹੜੀ ਫਸਲ ਵਾੜੀ ਅਗਾਉਂਦੇ ਨੇ ਕਿਸਾਨ ਉਹਨਾਂ ਨਾਲ ਗੱਲਬਾਤ ਹੋਈ ਹੈ ਬੋਰ ਬਾਰੇ ਤੁਸੀਂ ਸੁਣਿਆ ਕਿ ਬੋਰ ਕੁਝ ਸਾਲਾਂ ਬਾਅਦ ਬਦਲਨੇ ਪੈਂਦੇ ਨੇ ਜੇਕਰ ਇੱਕ ਬੋਰ ਲਾਉਂਦੇ ਨੇ ਤਾਂ ਦੂਸਰੇ ਬੋਰ ਦਾ ਜਿਹੜਾ ਗੰਦਲਾ ਪਾਣੀ ਆ ਉਹ ਫਿਰ ਉਹਦੇ ਵਿੱਚ ਰਲ ਜਾਂਦਾ ਆ ਕਿ ਫਸਲਾਂ ਦਾ ਉਤਪਾਦਨ ਘਟਿਆ ਦੱਸਿਆ ਵੀ ਹੈ ਕਿ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਦਾ ਗੰਦਲਾ ਪਾਣੀ ਜਾਂ ਲਾਣ ਵਾਲਾ ਪਾਣੀ ਜਿਹੜਾ ਉਹਦੇ ਵਿੱਚ ਛੱਡਿਆ ਗਿਆ ਕੈਮੀਕਲ ਵਾਲਾ ਪਾਣੀ ਛੱਡਿਆ ਗਿਆ ਤਾਂ ਮੁਆਵਜ਼ਾ ਵੀ ਦਿੱਤਾ ਗਿਆ ਇਹਨਾਂ ਨੂੰ ਇਹਦਾ ਮਤਲਬ ਬਹੁਤ ਵੱਡਾ ਸਵਾਲ ਹੈ ਸੋਚਣਾ ਬਣਦਾ ਹੈ ਕਿ ਜਿਹੜੇ ਸਾਂਝੇ ਮੋਰਚੇ ਵਿੱਚ ਜੀਰੇ ਮੋਰਚੇ ਵਿੱਚ ਜਿਹੜੇ ਪੱਕੇ ਮੋਰਚੇ ਦੇ ਬੈਠੇ ਲੋਕ ਨੇ ਇਹਨਾਂ ਦੀ ਮੰਗ ਜਾਇਜ਼ ਹੈ ਤਾ ਸਮੇਂ ਦੀ ਹੁਕਮਰਾਨ ਸਰਕਾਰ ਨੂੰ ਸੋਚਣਾ ਪਏਗਾ ਕਦੋਂ ਤੱਕ ਇਸ ਫੈਕਟਰੀ ਦਾ ਹੱਲ ਕਰਦੀ ਹੈ ਕਿਵੇਂ ਕਰਦੀ ਹੈ ਜਾਂਚ ਕਮੇਟੀਆਂ ਦੇ ਕੀ ਨਤੀਜੇ ਆਉਂਦੇ ਨੇ ਇਹ ਸਮਾਂ ਦੱਸੇਗਾ ਸੋ ਬਣੇ ਰਹੋ ਸਰਲੇਖ ਦੇ ਨਾਲ